ਯਾਰ ਬੜਾ ਔਖਾ ਆ, ਰੋਜ਼ ਬਿਨ ਨਾਗਾ ਤੁਸੀਂ ਸਾਡੇ ਵਲੌਗ ਦੇਖ ਲਓ ਨਾ, ਡੇਲੀ ਕੋਈ ਨਾ ਕੋਈ ਐਕਸੀਡੈਂਟ, ਡੇਲੀ ਐਕਸੀਡੈਂਟ। ਜਦੋਂ ਵੀ ਐਕਸੀਡੈਂਟ ਹੁੰਦਾ ਕੋਈ ਵੀ ਆਪਣੀ ਗਲਤੀ ਨਹੀਂ ਮੰਨਦਾ, ਕੁੜੀ ਦੇ ਜ਼ਿਆਦਾ ਲੱਗ ਗਈ ਆ ਸੱਟ। ਮੈਂ ਨੌਕਰੀ 'ਤੇ ਜਾ ਰਹੀ ਹਾਂ ਕਿਉਂਕਿ ਮੈਨੂੰ ਅੱਗੇ ਕੁਛ ਦਿਖ ਰਿਹਾ। ਬਹੁਤ ਤੁਹਾਡੇ ਲਈ ਜਲਦੀ ਟਰੈਵਲ ਸੀਰੀਜ਼ ਸ਼ੁਰੂ ਹੋ ਗਈਆਂ, ਛੋਟੀ ਜਿਹੀ ਬਟ ਹੋਣਗੀਆਂ। ਯਾਰ ਹੱਟ ਜਾ, ਕੋਕੋ ਰੋਟੀ ਖਾਂਦੇ, ਰੋਟੀ ਖਾਣ ਦੋ। ਕਿੱਡੀ ਸ਼ਾਨੀ ਆ ਨਾ ਇਹ ਤੁਹਾਡੇ ਵਾਂਗੂ, ਕਿਉਂ ਕੈਮਰਾ ਚੱਲਿਆ ਤਾਂ ਚੁੱਪ ਕਰਕੇ ਬਹਿ ਗਈ, ਮੈਂ ਕੁਛ ਕੀਤਾ ਹੀ ਮੇਰੇ ਵਾਂਗੂ। ਤੇ ਪੂਰੇ ਘਰ 'ਚ ਇਕੱਲਾ ਹੋਵੇ, ਇਕੱਲੀ ਹੋਵੇ ਨਾ, ਇਹਨੂੰ ਆਵਾਜ਼ ਬੂਝ ਨਾ ਸੁਣੇ, ਫਿਰ ਮਾਰੇਗੀ ਚੀਕਾਂ। ਕਰੇਲੇ ਇਕੱਲੀ ਇੱਕ ਸਬਜ਼ੀ ਲੈ ਜਾ, ਕਰੇਲੇ ਕਿੰਨੇ ਆ? ਉਹ ਆ ਮੈਂ ਭਰਿਆ ਪੂਰਾ ਡੱਬਾ। ਅੱਛਾ, ਹੁਣ ਤਾਂ ਖਾ ਲਾਂਗੇ ਆਲੂ ਵਾਲੀ। ਪੂਰੀ ਥੋੜੀ ਗਰਮ ਕਰੋ, ਪੂਰੀ ਖਾਣੋਗੇ? ਨਹੀਂ ਪੂਰੀ ਨਹੀਂ ਖਾਦੀ ਹੁਣ। ਆਹੋ ਹੀ ਪੁੱਛ ਰਹੀ ਵੀ ਕਿੰਨੀ ਕੁ ਗਰਮ। ਹੁਣ ਕੀ ਖਾਣਾ? ਮੈਂ ਤਾਂ ਪਰੌਂਠੀ ਖਾਉਂਗੀ। ਅੱਛਾ, ਤੁਹਾਡੇ ਲਈ ਦੱਸੋ ਫਿਰ, ਉਹ ਨਾ ਸਵਾਦ ਖਰਾਬ ਹੋ ਜਾਂਦਾ ਤਾਂ ਪੁੱਛ ਕੇ ਗਰਮ ਕਰਦੀ ਪਈ ਆ ਵੀ ਉਨੀ ਕੀ ਗਰਮ ਕਰਾਂ। ਬਾਰ ਬਾਰ ਗਰਮ ਪਾ ਦੇ ਨੇ, ਪਰਸੋਂ ਦੀ ਬਣੀ ਹੋਈ ਹੈ। ਕੋਈ ਨਹੀਂ, ਖਤਮ ਕਰੇ ਸਾਰੀ ਦਾੜੀ ਥੋੜੀ ਅੱਧੀ। ਮੈਂ ਤਾਂ ਉਹੀ ਤਾਂ ਪੁੱਛੀ ਤਾਂ ਨਹੀਂ ਆ, ਕਿੰਨੀ ਭਾਵਾਂ ਦੇਖੋ ਤਾਂ ਬਸ ਖਾ ਲੂੰਗਾ। ਇਹ ਤਾਂ ਮੈਨੂੰ ਬੜੀ ਪਸੰਦ ਹੈ। ਕੱਲ ਆਪਾਂ ਲੈ ਲਾਂਗੇ ਤਾਂ ਇੱਕ ਟਾਈਮ ਦੀ ਇਹ ਹੋ ਜੂਗੀ, ਜਾਂ ਕੱਲ ਦਾਲ ਬਣਾ ਦੂੰਗੀ। ਕੱਲ ਦਾਲ ਬਣਾ ਲਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਨਵੇਂ ਦਿਨ ਅਤੇ ਨਵੇਂ ਵਲੌਗ ਦੇ ਵਿੱਚ। ਕਿਵੇਂ ਸਾਰੇ ਜਾਣੇ? ਮੈਂ ਸੁਰਿੰਦਰ ਅਤੇ ਰਮਨਪ੍ਰੀਤ ਕੌਰ ਸੁਖਿੰਦਰ ਵੀ। ਅਤੇ ਕਿਵੇਂ ਸਾਰੇ ਜਾਣੇ? ਅਸੀਂ ਵੀ ਠੀਕ ਠਾਕ। ਅੱਜ ਦਿਨ ਸੋਮਵਾਰ, ਕੰਮ ਦਾ ਦਿਨ, ਅੱਜ ਟਾਈਮ ਵੱਜ ਗਿਆ, ਸੁੱਤੇ ਸੀਗੇ ਰਾਤੀ ਥੋੜ੍ਹੇ ਲੇਟ, ਕਿਉਂਕਿ ਡਾਇਟ ਦੇ ਹਿਸਾਬ ਨਾਲ ਹੀ ਸੋਂਦੇ ਹਾਂ। 12:00 ਅੱਜ ਲੇਬਰ ਡੇ ਹੈ। ਇਹ ਲੇਬਰ ਵਧੀਆ ਜਿਹੜਾ, ਇੱਕ ਦੋ ਦਿਨ ਆਪਾਂ ਨੂੰ 2 ਦਿਨ ਦੇ ਦਿੰਦੇ ਨੇ ਹਫ਼ਤੇ ਦੇ ਵਿੱਚ ਰਹਿਣ ਨੂੰ, ਇਹ ਲੇਬਰ ਵਧੀਆ। ਠੀਕ ਹੈ ਨਾ? ਨਹੀਂ, ਲੇਬਰ ਵਾਲੇ ਜਿਹੜੇ ਬੰਦੇ ਹੁੰਦੇ ਨੇ ਨਾ, ਉਹ ਆਪਣਾ 12 ਮਹੀਨੇ 30 ਦਿਨ ਹੀ ਕੰਮ ਕਰਦੇ ਨੇ, ਛੁੱਟੀ ਵਾਲਾ ਕੰਮ ਤਾਂ ਕੋਈ ਹੈ ਹੀ ਨਹੀਂ ਸਿਸਟਮ, ਕਿ ਨਹੀਂ? ਦੇਖੋ, ਜਿਵੇਂ ਡੈਡੀ ਹੋਰੀ ਕੰਮ ਕਰਦੇ, ਰਾਜਗਿਰੀ ਦਾ ਕੰਮ ਕਰਦੇ ਸੀ ਨਾ, ਅਤੇ 30 ਦਿਨ ਲਾਉਣੇ ਪੈਂਦੇ ਸੀਗੇ, ਕੋਈ ਛੁੱਟੀ ਦਾ ਉਹਦੇ ਪੈਸੇ ਨਹੀਂ ਸੀ ਮਿਲਦੇ, ਉਹ ਜ਼ਿਆਦਾ ਔਖਾ ਕੰਮ ਆ। ਖੈਰ, ਦਹੀਂ ਜਮਾਇਆ? ਕਰਵਾਇਆ ਨਾ? ਹਾਂ, ਤੇ ਜਿਹੜਾ ਇੱਥੋਂ ਲੈਨੇ ਆਪਾਂ ਉਹਦੇ ਹਾਲਾਤ ਦੇਖੇ, ਇੰਨਾ ਉੱਪਰ ਪਾਣੀ ਹੀ ਪਾਣੀ ਹੁੰਦਾ। ਹਾਂ, ਕੀ ਹੋ ਗਿਆ ਤੈਨੂੰ? ਰੋਟੀਆਂ ਖਾਣੀਆਂ ਕਿ ਖਾਣੀਆਂ ਅਜੇ? ਖਾਣੀ ਆ, ਫਿਰ ਸਵੇਰੇ ਤਾਂ ਦੇ ਦਿੱਤੀ ਆ। ਸਵੇਰੇ ਕੀ ਦਿੱਤਾ ਇਹਨੂੰ? ਬ੍ਰੈਡ ਦੇ ਦਿੱਤੀ ਸੀ। ਚੱਲ ਜਾ, ਧਰੀਏ ਚਾਹ ਤੂੰ, ਪਹਿਲਾਂ ਰੋਟੀ ਖਾਣੀ ਕਿ ਚਾਹ ਤੈਨੂੰ? ਚਲੋ ਜੀ, ਮਿਲਦਾ ਥੋੜ੍ਹੀ ਦੇਰ 'ਚ। ਮੋਟਰਸਾਈਕਲ ਨੂੰ ਧੁੱਪ ਪੈਂਦੀ ਆ ਯਾਰ ਇੱਥੇ ਵੀ ਨਾ, ਕਵਰ ਲਿਆ ਕੇ ਪਾਵਾਂਗੇ ਇਹਦੇ 'ਤੇ, ਬਾਕੀ ਧੁੱਪ ਬਹੁਤ ਜ਼ਿਆਦਾ ਹੋ ਗਈ ਆ। ਕੋਕੋ ਚੱਲ, ਤਾਂ ਰੋਟੀ ਖਾਣ ਦਾ ਟਾਈਮ ਆ ਗਿਆ, ਆ ਜਾ। ਰੋਟੀ ਆਪਣੀ ਬਣ ਗਈ ਆ, ਚਾਹ ਧਰਦੀ ਆ, ਅਤੇ ਕੋਕੋ ਤੇਰੀ ਰੋਟੀ ਵੀ ਤਿਆਰ ਆ, ਲੈ ਵੜ ਖਾ। ਦਹੀਂ ਇਹਨੂੰ ਬਾਅਦ 'ਚ ਪਾਵਾਂਗੇ। ਹੈਂ, ਕਿੰਨਾ ਟਾਈਮ ਹੋਇਆ? ਟਾਈਮ 3:00 ਪੂਰੇ। ਆਰਾਮ ਨਾਲ ਰੋਟੀ ਖਾਣ ਦਾ ਫਾਇਦਾ ਨਾ, ਕਾਲਮ ਕਾਲ ਨਹੀਂ ਖਾਧੀ ਜਾਂਦੀ। ਪਰੌਂਠੇ ਤਿਆਰ ਹੋ ਗਏ, ਚਾਹ ਤਿਆਰ ਆ ਆਪਣੀ ਬਾਈ, ਥੱਲੇ ਬੈਠ ਕੇ ਖਾਏਂਗੇ ਖਾਣਾ, ਰੱਖ ਲਾ ਥੱਲੇ। ਇਹਨੇ ਤਾਂ ਖਾ ਲਈ ਆ ਰੋਟੀ ਆਪਣੀ, ਇਹਨੇ ਖਾ ਹੀ ਲਈ ਹੁੰਦੀ ਆ, ਇਹਦੀ ਨੀਂਦ ਥੋੜੀ ਹੁੰਦੀ ਆ, ਆਪਣੀ ਰੋਟੀ ਇਹਨੂੰ ਦੇ ਕੇ ਮੌਤ ਪੈ ਜਾਂਦੀ ਆ, ਰੋਟੀ ਦਾ ਬਿਲਕੁਲ ਵੀ ਨਹੀਂ ਖਾਂਦੀ। ਪਿੱਛੋ ਲੋ ਜੀ, ਅੱਪਾ ਮਾਰ ਲਏ ਮੱਥੇ, ਵਾਹਿਗੁਰੂ ਜੀ ਵਾਹਿਗੁਰੂ। ਖਾਂਦੇ ਆਪਾਂ ਰੋਟੀ,
ਹਾਂ ਪੁੱਤ ਇੱਦਾਂ ਹੀ ਬੈਠੇ ਰਹਿਣਾ ਸਿਆਣੇ ਬੱਚੇ ਵਾਂਗੂ, ਠੀਕ ਹੈ? ਠੰਡਾ ਪਾਇਆ ਇਹਨੂੰ, ਓਏ ਕਿਵੇਂ ਸਿੱਟੀ ਆ ਰੋਟੀ ਖਾਂਦੇ ਕੋਕੋ? ਹੈ ਨਹੀਂ ਬਾਹਰ ਕੱਢਦੇ ਨਾ ਤੈਨੂੰ ਫਿਰ, ਕਿੱਡੀ ਸ਼ਾਨੀ ਆ ਨਾ ਇਹ ਤੁਹਾਡੇ ਵਾਂਗੂ, ਕਿਉਂ ਕੈਮਰਾ ਚੱਲਿਆ ਤਾਂ ਚੁੱਪ ਕਰਕੇ ਬਹਿ ਗਈ ਮੈਂ ਕੁਛ ਕੀਤਾ ਹੀ ਮੇਰੇ ਵਾਂਗੂ? ਹਾਂ ਸਹੀ ਗੱਲ ਹੈ, ਕੈਮਰਾ ਚੱਲ ਗਿਆ ਤੇ ਬਹਿ ਗਈ, ਪਹਿਲਾਂ ਬਹੁਤ ਸ਼ਰਾਰਤਾਂ ਦੇਖ ਕੇ ਖਰਬੂਜਾ ਰੰਗ ਬਦਲ ਦਿੰਦਾ ਨਾ, ਪਹਿਲਾਂ ਬਹੁਤ ਸ਼ਰਾਰਤਾਂ ਕਰ ਰਹੀ ਸੀਗੀ, ਲੈ ਬੰਦ ਕਰਤਾ, ਬੜੀ ਸ਼ਾਂਤ ਬੈਠੀ ਆ ਹੁਣ, ਇੱਥੇ ਆਪਣੇ ਜਾਣ ਤੋਂ ਬਾਅਦ ਰੋਟੀ ਵੀ ਰੋਟੀ ਆਪਾਂ ਖਾ ਲਈ ਆ, ਵਿਹਲੇ ਹੋ ਗਏ ਆ, ਕਿਉਂਕਿ ਇਹ ਹੁਣ ਸਾਡੇ ਨਾਲ ਰਹਿੰਦੀ ਆ ਨਾ, ਤੇ ਸਾਨੂੰ ਦੇਖ ਦੇਖ ਕੇ ਸਟਰੋਂਗ ਹੋ ਗਿਆ ਬੱਚਾ, ਇਹ ਬੜਾ ਸਟਰੋਂਗ ਬੇਬੀ ਆ, ਇਹ ਸਟਰੋਂਗ ਬੇਬੀ ਆ ਨਿੱਕੂ ਜਿਹਾ, ਇਹ ਨਿੱਕੂ ਜਿਹਾ ਸਟਰੋਂਗ ਬੇਬੀ ਆ ਹਨਾ, ਸਟਰੋਂਗਾਂ ਦਾ ਇਹ 10 ਵਾਰੀ ਤਾਂ ਥੱਲੇ ਵਾਲੇ ਗੇੜੇ ਮਾਰ ਦਿੰਦੇ ਨੇ, ਫਿਰ 2 ਵਜੇ ਕਿ 1 ਵਜੇ ਅੰਕਲ ਉੱਪਰ ਆ ਕੇ ਬਹਿ ਜਾਂਦੇ ਆ, ਤੇ ਇਹਦਾ ਜੀ ਲੱਗਾ ਰਹਿੰਦਾ ਹੈ, ਜੇ ਪੂਰੇ ਘਰ 'ਚ ਇਕੱਲਾ ਹੋਵੇ ਇਕੱਲੀ ਹੋਵੇ ਨਾ, ਇਹਨੂੰ ਆਵਾਜ਼ ਬੂਝ ਨਾ ਸੁਣੇ, ਫਿਰ ਮਾਰੇਗੀ ਚੀਖਾਂ, ਰੋਟੀ ਖਾ ਕੇ ਨਾ ਨੀਂਦ ਆਉਣ ਲੱਗ ਗਈ ਫਿਰ ਦੁਬਾਰਾ, ਪਹਿਲਾਂ ਕੱਪੜੇ ਲੈ ਕੇ ਆਉਂ ਮੈਂ ਤੈਨੂੰ ਲਾਵਾਂ, ਪਰ ਹੁਣ ਤਿਆਰ ਹੋਣਾ ਪੈਣਾ, ਤਿਆਰ ਹੋ ਕੇ ਜਾਣਾ ਪੈਣਾ, ਜਾਣਾ ਤਾਂ ਪੜੇਗਾ ਭਾਈ, ਜਾਣਾ ਤਾਂ ਪਰੇਗਾ, ਪੈਸੇ ਕੈਸੇ ਆਏਗੇ ਫਿਰ, ਘੁੰਮੇਗੇ ਕੈਸੇ, ਪੈਸੇ ਨਾਲ ਹੀ ਘੁੰਮਣਾ ਆ ਨਾ, ਮੈਂ ਆਪਣੇ ਮੈਂ ਨੌਕਰੀ ਤੇ ਜਾ ਰਹੀ ਹਾਂ ਕਿਉਂਕਿ ਮੈਨੂੰ ਅੱਗੇ ਕੁਛ ਦਿਖ ਰਿਹਾ, ਮੈਂ ਹੁਣ ਮੇਰਾ ਉਹ ਪਲੈਨ ਉਹ ਉਸ ਖੁਸ਼ੀ ਦੇ ਵਿੱਚ ਜਾ ਰਹੀ ਹਾਂ, ਬਹੁਤ ਤੁਹਾਡੇ ਲਈ ਜਲਦੀ ਟਰੈਵਲ ਸੀਰੀਜ਼ ਸ਼ੁਰੂ ਹੋ ਗਈਆਂ, ਛੋਟੀ ਜਿਹੀ ਬਟ ਹੋਣਗੀਆਂ, ਮਤਲਬ ਇਹ ਨਹੀਂ ਕਿ ਹੁਣ ਤੁਸੀਂ ਇੱਥੇ ਦੇ ਵਲੌਗ ਹੀ ਦੇਖੋਗੇ, ਕੁਛ ਤੁਹਾਨੂੰ ਡਿਫਰੈਂਟ ਮਿਲਿਆ ਕਰੂਗਾ, ਵਰਾਇਟੀਜ਼ ਮਿਲਿਆ ਕਰੇਗੀ, ਅਤੇ ਹੁਣ ਫਿਰ ਉਹ ਤੋਂ ਬਾਅਦ ਅਗਸਤ 'ਚ ਵਾਓ ਘੁੰਮਾਂਗੇ, ਆਪਾਂ ਹੋ ਗਿਆ ਤਿਆਰ, 5:30 ਹੋ ਚੁੱਕੇ ਆ, 5-10 ਮਿੰਟ ਤੱਕ ਆਪਾਂ ਚਲੇ ਜਾਣਾ ਇੱਥੋਂ, ਕੋਕੋ ਦਾ ਸਮਾਨ ਰੱਖਤਾ ਥੱਲੇ, ਦਹੀਂ ਪਾਣੀ ਰੱਖਤਾ, ਆਪਣਾ ਪੈਕਿੰਗ ਹੋ ਰਹੀ ਹੈ, ਤੁਹਾਨੂੰ ਕਦ ਹੀ ਕਹਿ ਰਹੀ ਸੀ ਮੈਨੂੰ ਰੱਖ ਦੋ ਵਿੱਚ, ਕੀ ਹੈ ਨਾ ਕਾਲੀ ਕਾਲੀ ਹਾਂ ਤੰਨਾ ਸਮਾਨ ਤੇ ਦੁੱਲਣ ਦਾ ਪਤਾ ਲੱਗ ਗਿਆ, ਹੈ ਬੱਕੂ ਦੇਖ ਲਈ ਗਈ ਚਲ ਗਈ ਉਧਰ ਨੂੰ, ਮੋਟਰਸਾਈਕਲ ਦੇਖੀ ਰੋਜ਼ ਹੀ ਕੋਈ ਨਾ ਕੋਈ ਦਿਖ ਹੀ ਜਾਂਦਾ ਆਪਾਂ ਨੂੰ, ਉਹ ਮੋਟਰਸਾਈਕਲ ਮਾਰਿਆ ਐਕਟਿਵਾ 'ਚ ਕੁੜੀਆਂ ਸਿੜਦੀਆਂ ਵੀ ਆਂਟੀ ਜੀ, ਨਹੀਂ ਉਹ ਤਾਂ ਪਤਾ ਕਿਆ ਨਾ ਇਹੀ ਜ਼ਿਆਦਾ ਉਹ ਸ਼ਿਟ ਬੜਾ ਔਖਾ ਆ, ਰੋਜ਼ ਬਿਨ ਨਾਗਾ ਤੁਸੀਂ ਸਾਡੇ ਵਲੌਗ ਦੇਖ ਰਹੇ ਹੋ, ਡੇਲੀ ਕੋਈ ਨਾ ਕੋਈ ਐਕਸੀਡੈਂਟ, ਡੇਲੀ ਐਕਸੀਡੈਂਟ ਕਿਉਂਕਿ ਇੱਥੇ ਇੰਨੀ ਜ਼ਿਆਦਾ ਟ੍ਰੈਫਿਕ ਆ, ਔਰ ਇਹ ਲੋਕਲ ਏਰੀਆ ਆ, ਮਤਲਬ ਕਿ ਮੇਨ ਰੋਡ ਨਹੀਂ ਹੈਗਾ, ਤਾਂ ਇੱਥੇ ਆਪਣੀ ਮਰਜ਼ੀ ਨਾਲ ਹੀ ਸਾਰੇ ਚੁਰਸਤੇ 'ਤੇ ਤੁਰੀ ਫਿਰੀ ਜਾਂਦੇ ਨੇ, ਆਪਣੀ ਮਰਜ਼ੀ ਨਾਲ ਹੀ ਗੱਡੀਆਂ ਕੱਢੀ ਜਾਂਦੇ ਨੇ, ਕਿਉਂਕਿ ਹੁਣ ਜਦੋਂ ਵੀ ਐਕਸੀਡੈਂਟ ਹੁੰਦਾ ਕੋਈ ਵੀ ਆਪਣੀ ਗਲਤੀ ਨਹੀਂ ਮੰਨਦਾ ਨਾ, ਕਿ ਉਹ ਜਿੱਦਾਂ ਵੀ ਆ, ਹੁਣ ਦੋਵਾਂ ਦੇ ਨੁਕਸਾਨ ਹੋਇਆ, ਮੁੰਡੇ ਦੇ ਵੀ ਲੱਗੀ ਆ,
ਬਟ ਕੁੜੀ ਦੇ ਜ਼ਿਆਦਾ ਲੱਗ ਗਈ ਆ ਸੱਟ। ਹਾਂਜੀ ਕਿੱਧਰ ਮੂੰਹ ਚੱਕਿਆ? ਅੱਜ ਮੈਂ ਖੁਸ਼ ਹਾਂ ਕਿ ਮੈਂ ਆਪਣੀ ਪੁਰਾਣੀ ਟੀਮ ਨੂੰ ਮਿਲ ਕੇ ਆਈ ਹਾਂ। ਸੁਣੀ ਪੁਰਾਣੀ ਟੀਮ ਨੂੰ? ਯੈਸ ਪੁਰਾਣੀ ਕੰਪਨੀ ਜਾਣਾ? ਹਾਂ ਵਧੀਆ, ਉਹ ਵੀ ਵਧੀਆ, ਇਹ ਵੀ ਵਧੀਆ ਆ, ਬਟ ਇਹੀ ਜ਼ਿੰਦਗੀ ਦਾ ਫਲਸਫਾ ਆ ਕਿ ਸਾਨੂੰ ਅੱਗੇ ਵਧਣਾ ਪੈਂਦਾ ਆ ਆਪਣੇ ਪੁਰਾਣੇ ਜਿਗਰੀ ਦੋਸਤ ਛੱਡ ਕੇ, ਕੋਈ ਚੱਕਰ ਨਹੀਂ। ਗੱਲ ਤਾਂ ਸਹੀ ਹੈ, ਆਗੇ ਬੜ੍ਹਦੇ ਰਹਿਣਾ ਚਾਹੀਏ, ਆਗੇ ਬੜ੍ਹਦੇ ਰਹਿਣਾ ਚਾਹੀਏ। ਤੂੰ ਪਹੁੰਚ ਗਿਆ ਜੀ, ਆਪਾਂ ਆਪਣੇ ਕੰਮਾਂ ਕਾਰਾਂ 'ਤੇ, 5 ਕੁ ਮਿੰਟ ਰਹਿ ਗਏ ਆ 6:30 ਵੱਲ ਨੂੰ। ਚਲੋ ਕੰਮਾਂ ਕਾਰਾਂ 'ਤੇ ਚੱਲੀਏ, ਕਾਰਾਂ 'ਤੇ ਕੰਮਾਂ ਕਾਰਾਂ। ਇਹ ਵਿਚਾਰਿਆਂ ਦੇ ਮੂੰਹ ਉਤਰੇ ਹੋਏ ਨੇ ਕਿਉਂਕਿ ਇਹ ਡਿਊਟੀ 'ਤੇ ਜਾ ਰਹੇ ਨੇ ਸਾਡੇ ਵਾਂਗੂ। ਸੋ ਅੱਜ ਦਾ ਸਾਡਾ ਡਿਨਰ ਹੈਗਾ ਆ ਇਹ ਕਰੇਲੇ, ਦਹੀਂ, ਰੋਟੀ ਐਂਡ ਸੈਲਡ। ਬਾਏ, ਹਮ ਜਾ ਰਹੇ ਹੈਂ। ਸਾਡੀ ਅੱਧੀ ਦਿਹਾੜੀ ਲੱਗ ਗਈ, ਅੱਧੀ ਰਹਿ ਗਈ ਆ। ਨੋ 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 ਨੋ, ਓਨਲੀ 10 ਮਿੰਟ ਲੈਫਟ ਫਰੋਮ ਮਾਈ ਬ੍ਰੇਕ ਟਾਈਮ, ਸੋ ਆਈ ਨੀਡ ਟੂ ਗੋ। ਓਕੇ ਚੱਲ ਫਿਰ, ਲੈਟਸ ਗੋ। ਆ ਗਏ ਜੀ ਆਪਾਂ ਆਪਣੇ ਘਰ 'ਚ, ਸਵੇਰ ਦੇ ਵੱਜ ਗਏ ਆ 4। ਕੋਕੋ ਦੀ ਵੀ ਆਵਾਜ਼ ਨਹੀਂ ਆ ਰਹੀ ਅੰਦਰ ਖਾਦਾ ਨਹੀਂ ਸੀ ਪੂਰਾ, ਮੈਂ ਚਾਹ ਬਣਾਉਣਾ ਤੇ ਦੇਰ ਵਾਸਤੇ 2 ਰੋਟੀਆਂ ਮੈਂ ਜੋ ਨਾਲ ਖਾਣਾ। ਠੀਕ ਹੈ ਠੀਕ ਹੈ, ਤੁਸੀਂ ਐਂ ਕਰ ਲਓ ਫਿਰ, ਮੈਂ ਤਾਂ ਪੁੱਛਾ ਕਰ ਲੈਂਦਾ। ਪ੍ਰਣਾਮ ਸਾਰਿਆਂ ਨੂੰ, ਬਾਏ ਬਾਏ, ਗੁੱਡ ਨਾਈਟ। ਇਹਦੇ ਨਾਲ ਹੀ ਸਾਡੀ ਦੋਵਾਂ ਦੀ ਗੁੱਡ ਨਾਈਟ ਹੋ ਰਹੀ ਆ ਵਾ, ਤੇ ਇਹ ਮੇਰਾ ਸੋਹਣਾ ਬੱਚਾ, ਇਹ ਮੇਰਾ ਬਹੁਤ ਪਾਰਾ ਪਾਰਾ ਬੱਚਾ, ਜਿਹਨੇ ਬਹੁਤ ਚਾਲ ਦਿੱਤੀ ਸਾਨੂੰ, ਬਹੁਤ ਚਾਲ ਦਾ ਕੰਮ ਦਾ ਇਹ। ਕੋਕੋ ਕਰ ਤੂੰ ਵੀ, ਕੁੱਤਾ ਐਵੇਂ ਥੋੜ੍ਹੀ, ਸਿਆਣਾ ਕੁੱਤਾ ਨਾ।